जी अस्सलाम वालेकुम दोस्तों, की हाल चाल है, होर सुनाओ, सब ठीक ठाक है। दोस्तों मैं ताडा अपना वीर शाहिद हुसैन, तो तुम देख रहे जो यूट्यूब चैनल है। दोस्तों अज मैं मौजूद हाँ 175 तहसीलों जिला झंग के बेच खलोता वा। अगे तुहानू पता भी मंडी च असी जानवरों की वीडियो बनाने, तो असी मंडी चो निकल के असी आखिया क्यों ना यार असी भी बाहर निकलीए, बाहर का माहौल वेखीए, मंडी च असी फसे रहने। तो असी आ गए हुण 175 च, तो साढ़े ना एक बजुर्ग मौजूद आ, तो उत्थे भी गल्लां करी दियां घोड़ियां दियां, तो इत्थे भी इन्हां नाल घोड़ियां दियां गल्लां करने जी। जी अस्सलाम वालेकुम जी। वालेकुम अस्सलाम जी। वीर जी की हाल है जी? अल्लाह दी रहमत। वीर जी अपना नाम दोबारा एक बारी दस दो वेखण वालेयां नूं, क्योंकि वीडियो नवीं है, ना अपना दस्सो। मेरे नाम जी मोहम्मद मिर्ज़ा है। हाँ जी हाँ जी। मैं स्कूल टीचर हां। स्कूल टीचर जी? जी हां। अच्छा जी, इधर नूं थोड़ा जिहा, इधर नूं ना, कैमरामैन इधर आ गए ने साडे, ते स्कूल टीचर सो हुण रिटायर हो गए जी? हुण रिटायर हो गए। ਤੇ ਕੁੱਟ ਛੁੱਟ ਵਾਵਾ ਮਾਰਦੇ ਰਹੇ ਜੇ ਸਾਡੇ ਵਗੈਰੇ ਸ਼ਗਿਰਦਾਂ ਨੂੰ, ਕਿ ਬਸ ਕੋਈ ਨਕੰਮੇ ਵੀ ਸ਼ਗਿਰਦ ਸਾਡੇ ਵਗੈਰੇ ਨਹੀਂ ਹੁੰਦੇ ਨੇ, ਨਕੰਮੇ ਨੂੰ ਬਖਤ ਜ਼ਿਆਦਾ ਹੁੰਦਾ। ਉਹ ਤਾਂ ਦੀ ਮੈਂ ਪਿੰਡ ਵੜਿਆ ਤੇ ਮੈਨੂੰ ਬੰਦੇ ਦੱਸਣ ਦੇ ਬਹੁਤ ਕੁੱਟਦੇ ਰਹੇ ਨੇ, ਮੈਨੂੰ ਇਹ ਦੱਸਿਆ ਬੰਦਿਆਂ ਨੇ ਮੁੰਡੇ ਮਿਲੇ ਨੇ। ਤੇ ਹੁਣ ਚਲੋ ਆਓ ਗੱਲ ਕਰਨੇ ਆ ਵੀ ਆ ਜਿਹੜਾ ਆਪਣੇ ਕੋਲ ਜਾਨਵਰ ਆ ਵਛੇਰਾ, ਵਛੇਰੀ ਇਹ ਕੀ ਆ? ਇਹ ਵਛੇਰੀ ਜੀ। ਵਛੇਰੀ ਆ? ਇਹ ਕਿੰਨੇ ਸਾਲ ਦੀ ਵਛੇਰੀ ਆ? ਇਹ ਵਛੇਰੀ 2 ਸਾਲ ਤੇ 7 ਮਹੀਨੇ। 2 ਸਾਲ 7 ਮਹੀਨੇ ਦੀ ਹੀਟ ਹੂਟ ਤੇ ਆਈ ਆ ਕੋਈ? ਇਹ ਘੋੜੀ ਗੱਬਣ ਗੱਬਣ ਬਿਲਕੁਲ ਜੀ। ਦੋਸਤੋ ਮਾਸ਼ਾਅੱਲਾ ਜੀ ਦੱਸ ਰਹੇ ਨੇ ਘੋੜੀ ਗੱਬਣ ਆ, ਤੇ ਕਿੰਨੇ ਮਹੀਨੇ ਦੀ ਗੱਬਣ? ਘੋੜੀ ਇਹ ਵੀ 7 ਮਹੀਨੇ ਦੀ ਗੱਬਣ। ਕਨਫਰਮ ਬਿਲਕੁਲ, ਡਾਕਟਰ ਦੀ ਤਸੱਲੀ ਬਖਸ਼ ਚੈੱਕ ਸ਼ੁਦਾ। ਅੱਛਾ, ਜੇ ਵਿਰਾ ਲੈਣੀ ਹੈ ਮੇਰੀ ਗੱਲ ਤੇ ਇਤਬਾਰ ਕੋਈ ਨਾ ਕਰੇ, ਬਿਲਕੁਲ ਕੋਈ ਨਾ ਕਰੇ, ਲੇਕਿਨ ਉਹ ਡਾਕਟਰ ਨਾਲ ਲੈ ਆਵੇ, ਠੀਕ ਹੈ, ਗੋੜੀਆਂ ਮੇਰੀਆਂ ਪੱਛੜ ਹੋਵੇ, ਠੀਕ ਹੈ, ਤਾਂ ਮੈਂ ਫੀਸ ਡਾਕਟਰ ਦੀ ਦੇਵਣੀ, ਉਹਨਾਂ ਲੋਕਾਂ ਦਾ ਬਾਹਰ ਦਾ ਕਿਰਾਇਆ ਖਰਚਾ ਹੀ ਦੇਵਾਂ। ਉਹ ਵੇਖਿਓ ਕਿਤੇ ਕੋਈ ਸਾਊਦੀਆ ਚ ਆਉਂਦਾ ਯਾਰ, ਕੋਈ ਆ ਤੇ ਆਉਂਦਾ ਮੁੜ ਕੇ ਕੰਨਾ ਹੋਰ ਹੋ ਜਾਣਾ। ਹਾਂ, ਪਾਕਿਸਤਾਨ ਦੇ ਜਿਹੜੇ ਕੋਨੇ ਤੋਂ ਕੋਈ ਆਵੇ ਨਾ, ਪਾਕਿਸਤਾਨ ਚ ਬਾਹਰ ਦੀ ਕਿਸੇ ਨੂੰ ਗਰੰਟੀ? ਹਾਂ, ਤੇ ਮੁਸਲਮਾਨ ਵੀਰਾ ਬਾਹਰ ਹੀ ਤਾਂ ਬੈਠੇ ਨੇਗੇ। ਅੱਛਾ ਅੱਛਾ, ਚਲੋ ਜੀ ਦੋਸਤੋ, ਇਹਨਾਂ ਰੰਗ ਕਿਹੜਾ ਬੋਲਦੇ ਨੇ? ਇਹਦਾ ਰੰਗ ਨੀਲਾ ਸਾਵਾ। ਨੀਲਾ ਸਾਵਾ ਕਾਦੇ ਦਾ ਤਕਰੀਬਨ? ਕਾਦੇ ਦਾ ਤਕਰੀਬਨ 59 59 ਇੰਚ। ਤੇ ਇਹ ਵੇਖ ਲਾ, ਅਜੇ ਤੱਕ ਬਿਆਨ ਬਛੇਰੀ ਦੁਆਕ ਨਹੀਂ ਲੱਗੀ ਆ। ਇਹ ਜੀ ਦੁਆਕ ਨਹੀਂ ਲੱਗੀ ਵਾਕਿਆ ਜੀ, ਤੁਸੀਂ ਵੇਖ ਸਕਦੇ ਜੇ ਦੰਦਾਂ ਤੋਂ ਜਿੰਨੇ ਵੀ ਦੋਸਤ ਸਿਆਣੇ ਨੇ ਵੇਖ ਸਕਦੇ ਨੇ। ਉਸ ਤੋਂ ਬਾਅਦ ਬੰਦੇ ਇਤਰਾਜ਼ ਧਰਿੰਦੇ ਨੇ, ਮੈਂ ਇਹਦਾ ਜੀ ਜਿਹੜਾ ਤਾਲੂ ਹੈ ਉਹ ਕੱਲ ਆਉਂਦਾ, ਕੱਲ ਇਹ ਤਾਲੂ ਵਾਲੀਆਂ ਘੋੜੀ ਹੋਵੇ ਜਾਂ ਘੋੜ ਹੋਵੇ ਉਹ ਜਾ ਸਵਾਰ ਨਾਲ ਲੜਦਾ। ਅੱਛਾ ਜੀ, ਹਾਂ ਚਲੋ ਜੀ, ਗੱਲ ਮੁਕਤਸਰ ਕਰੀਏ ਹੁਣ, ਤੁਸੀਂ ਇਹ ਨਾ ਇਹਦੇ ਪੈਸੇ ਦੱਸਣੇ ਨੇ, ਅੱਗੇ ਵੀ ਪਿਛਲੀ ਵੀਡੀਓ 'ਚ ਵੀ ਤੁਹਾਡੇ ਨਾਲ ਗੱਲ ਹੋਈ, ਪੈਸੇ ਇੰਨੇ ਕੁ ਦੱਸਣੇ ਨੇ, ਵੇਖਣ ਵਾਲਿਆਂ ਨੂੰ ਸਮਝ ਲੱਗੇ ਵੀ ਯਾਰ ਇਹ ਵਾਕਈ ਇੰਨੇ ਕੁ ਦਾ ਜਾਨਵਰ ਹੈ ਵਾ। ਮੈਂ ਇੱਕ ਗੱਲ ਸੁਣੋ ਨਾ, ਮੈਂ ਇਹਦਾ ਆਖਾਂ ਨਾ, ਮੈਂ ਇਹਦਾ ਲੈਣਾ 3 ਲੱਖ ਰੁਪਇਆ, ਗੱਲ ਤਾਂ ਸੁਣ, ਠੀਕ ਹੈ, ਜਿਹੜਾ ਲੈਣ ਵਾਲਾ ਨਾ ਉਸ ਆਖਣਾ ਮੈਨੂੰ ਤਾਂ 2.25 ਲੱਖ ਦੀ ਚੀਜ਼ ਆਵੇ ਤਾਂ ਮੈਂ ਛੱਡ ਲੈ, ਠੀਕ ਆ, ਮੰਗਦਾ ਇਹਦਾ ਹੀ ਮੈਂ 6 ਲੱਖ, ਠੀਕ ਆ, ਲੇਕਿਨ ਪਿਆਰ ਮੁਹੱਬਤ ਹੱਥ ਤੁਕੇ, ਠੀਕ ਆ ਜੀ। ਦੋਸਤੋ ਮਾਸ਼ਾਅੱਲਾ ਮਾਸ਼ਾਅੱਲਾ ਬਜ਼ੁਰਗਾਂ ਨੇ ਬੜੀ ਅੱਛੀ ਗੱਲ ਕੀਤੀ ਆ ਵੀ ਮੈਂ ਇਹਦਾ 6 ਲੱਖ ਮੰਗਣਾ, ਇਹਦੇ 'ਚ ਕਮੀ ਬੇਸ਼ੀ ਹੋ ਸਕਦੀ ਹੈ, ਅਤੇ ਹੁਣ ਤੁਹਾਨੂੰ ਇਹਦਾ ਨੰਬਰ ਲੈ ਕੇ ਦਿੰਦੇ ਹਾਂ ਜਿਹੜੀ ਅਸੀਂ ਕੰਮ ਕਰਨੇ, ਕਿਉਂਕਿ ਅਸੀਂ ਕੰਮ ਇੱਦਾਂ ਦਾ ਕਰਦੇ ਹਾਂ ਵੀ ਅਸੀਂ ਤੋੜ ਮਾਲਕ ਦਾ ਨੰਬਰ ਲੈ ਕੇ ਦਿੰਦੇ, ਇਹ ਨਹੀਂ ਕਿਸੇ ਹੋਰ ਦਾ, ਜਾਂ ਆਪਣਾ ਨੰਬਰ ਵੀ ਅਸੀਂ ਸੇਵ ਭੇਜ ਦਿੱਤਾ ਹੁੰਦਾ, ਸਾਡੇ ਜ਼ਰੀਏ ਆਓਗੇ ਅਤੇ ਅਸੀਂ ਕੋਸ਼ਿਸ਼ ਕਰਾਂਗੇ, ਜੇ ਸਾਡੇ ਜ਼ਰੀਏ ਕੋਈ ਬੰਦਾ ਆ ਜਾਵੇ ਤਾਂ ਫਿਰ ਕੀ ਕਰੋਗੇ? ਮੈਂ ਯਾਦਾ ਪਿਆ ਬਸ, ਮੇਰਾ ਬੇਸ਼ੱਕ ਨੰਬਰ ਨਾ ਦਿਓ, ਨਹੀਂ ਨਹੀਂ ਜੇ ਸਾਡੇ ਜ਼ਰੀਏ, ਤੁਸੀਂ ਆਪਣਾ ਨੰਬਰ ਦਿਓ, ਠੀਕ ਹੈ, ਗਾਹਕ ਤੁਹਾਡੇ ਨਾਲ ਰਾਬਤਾ ਕਰੇ, ਠੀਕ ਹੈ, ਬੇਸ਼ੱਕ ਤੁਸੀਂ ਆਓ, ਗਾਹਕ ਆ ਜਾਵੇ, ਕੋਈ ਹੋਰ ਆ ਜਾਵੇ, ਜੇ ਅਗਰ ਜਿਹੜਾ ਬੰਦਾ ਬਾਹਰ ਬੈਠਾ ਅਗਰ ਉਹ ਸਾਨੂੰ ਆਰਡਰ ਦੇਵੇ ਤਾਂ ਅਸੀਂ ਉਹਦੇ ਘਰ ਪਹੁੰਚਾਈ ਰੱਖਾਂ ਜੀ। ਦੋਸਤੋ ਬਜ਼ੁਰਗ ਨੇ ਫਿਰ ਤੇ ਆਪਣਾ ਨੰਬਰ ਤੁਸੀਂ ਬੋਲੋ, 0348 37 99 005। ਇਹ ਦੋਸਤੋ ਨੰਬਰ ਇਹਨਾਂ ਬੋਲ ਦਿੱਤਾ, ਤੇ ਇਨਸ਼ਾਅੱਲਾ ਅਗਲੀ ਵੀਡੀਓ ਤੇ ਤੁਹਾਡੇ ਨਾਲ ਫਿਰ ਮਿਲਣੇ ਆ। ਰੱਬ ਰਾਖਾ, ਪਾਕਿਸਤਾਨ ਜ਼ਿੰਦਾਬਾਦ।